ਉਦੋਂ ਬਾਅਦ ਬਾਈ ਉਦੋਂ ਬਾਅਦ ਕੀ ਪਮਾਨਾ ਜੀ ਰੁਪਈਆ 15 ਲੱਖ ਲੱਗਿਆ ਹੁੰਦਾ ਉਹ ਮੰਗ ਲੈਂਦੇ 22 ਲੱਖ 25 ਲੱਖ ਬਿਲਕੁਲ ਇਹ ਇਹ ਚੀਜ਼ ਤੋਂ ਕਿਵੇਂ ਬਚੇ ਬੰਦਾ ਬਾਈ ਦੇਖੋ ਜੀ ਹੁਣ ਮੰਨ ਕੇ ਚੱਲੋ ਜਿਵੇਂ ਆਪਾਂ ਫਰੀਦਕੋਟ ਦੇ ਵਿੱਚ ਆ ਮੇਰੇ ਨਾਲ ਜਤਿੰਦਰ ਮੌਂਗਾ ਸਾਹਿਬ ਆ ਗੱਲਾਂ ਜਿਹੜੀਆਂ ਤੁਹਾਨੂੰ ਅੱਜ ਕਰਨੀਆਂ 10 ਮਿੰਟ ਗੱਲ ਕਰਾਂਗੇ ਪਰ ਜਿੰਨੀਆਂ ਗੱਲਾਂ ਕਰਨੀਆਂ ਤੁਹਾਡੇ ਕੰਮ ਦੀਆਂ ਸਾਰੇ ਜਾਣੇ ਧਿਆਨ ਨਾਲ ਸੁਣ ਲਿਓ ਤੁਹਾਡੇ ਕੰਮ ਆ ਜਾਣੀਆਂ ਤੇ ਹੋ ਸਕਦਾ ਕਿ ਤੁਹਾਡਾ ਕੋਈ ਨੁਕਸਾਨ ਹੋਣ ਬਚ ਜਾਏ ਤੁਹਾਨੂੰ ਅਲਰਟ ਕਰਾਂਗੇ ਤੇ ਤੁਹਾਨੂੰ ਨਾਲ ਦੀ ਨਾਲ ਸੇਧ ਵੀ ਦੇਵਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸ਼ੌਂਕੀ ਸਰਦਾਰ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰੇ ਜਤਿੰਦਰ ਵੀਰੇ ਮੈਂ ਨਾ ਤੁਹਾਡੇ ਕੰਮ 'ਚ ਦੇਖਿਆ ਕਿ ਇੱਕ ਬੜਾ ਪ੍ਰਚਲਿਤ ਹੈ ਕੰਮ ਇਹ ਜੀ ਕਿ ਜੀ ਪੈਸੇ ਬਾਅਦ 'ਚ ਹੈ ਨਾ ਜੀ ਅਤੇ ਉਹਦੇ ਨਾਲ ਲੋਕਾਂ ਦਾ ਵਿਸ਼ਵਾਸ ਵੀ ਬਣਦਾ ਜੀ ਜਦੋਂ ਬੰਦਾ ਥੜੇ ਚੜ੍ਹ ਗਿਆ ਜੀ ਪਾਸਪੋਰਟ ਲੈ ਕੇ ਜੀ ਉਸ ਤੋਂ ਬਾਅਦ ਜੀ ਉਹ ਗੱਲ ਖਤਮ ਹੋ ਜਾਂਦੀ ਹੈ ਪੈਸੇ ਬਾਅਦ ਵਾਲੀ ਉਦੋਂ ਬਾਅਦ ਜਦੋਂ ਆ ਗਿਆ ਪਾਸਪੋਰਟ ਹੱਥ 'ਚ ਉਦੋਂ ਪੈਸੇ ਤੁਰੰਤ ਠੀਕ ਕਿ ਨਹੀਂ ਮਤਲਬ ਯਾਰ ਕੋਈ ਗਾਹਕ ਆ ਜਿਹੜਾ ਹਿਪਨੋਟਾਈਜ਼ ਹੋ ਜਾਂਦਾ ਉਹਨੂੰ ਐਂ ਲੱਗਦਾ ਯਾਰ ਵੀ ਮੇਰਾ ਯਾਰ ਕੇਸ ਨਾ ਖਰਾਬ ਹੋ ਜੇ ਮੇਰਾ ਉਹ ਨਾ ਹੋ ਜੇ ਮਤਲਬ ਇਹ ਚੀਜ਼ ਤੋਂ ਬੰਦਾ ਯਾਰ ਕਿਵੇਂ ਬਚੇ ਵਾਕਈ ਬਾਅਦ ਵਾਲੇ ਕੰਮ ਤੋਂ ਕਿਵੇਂ ਬਚੇ ਯਾਰ ਬੰਦਾ ਬਾਈ ਜੀ ਪਹਿਲਾਂ ਤਾਂ ਇਹਦੇ ਵਿੱਚ ਇਹ ਹੈ ਵੀ ਜਦੋਂ ਬਈ ਦੇਖੋ ਆਪਾਂ ਛੋਟੇ ਛੋਟੇ ਸੀਗੇ ਉਦੋਂ ਲੋਕ ਜਾਂਦੇ ਸੀ ਵੀ ਪਾਸਪੋਰਟ ਹੁੰਦਾ ਸੀ ਬੰਦਾ ਬਾਹਰ ਚਲਾ ਜਾਂਦਾ ਸੀ ਜਾਂ ਜਿਹਦੇ ਕੋਲ ਨਹੀਂ ਹੁੰਦਾ ਸੀ ਉਹ 2 ਨੰਬਰ 'ਚ ਚਲਾ ਜਾਂਦਾ ਸੀ ਜੋ ਅੱਜ ਦਾ ਬਈ ਸਿਸਟਮ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਬਈ ਜ਼ਮਾਨਾ ਦੇਖੋ ਅੱਜ ਕੱਲ੍ਹ ਵੀ ਜੇ ਕੋਈ ਬੰਦਾ ਮੂਰਖ ਬਣ ਰਿਹਾ ਫਿਰ ਉਹਦਾ ਭਲਾ ਆਪਾਂ ਨਹੀਂ ਕਰ ਸਕਦੇ ਪਹਿਲੀ ਗੱਲ ਜਿਹੜੇ ਵੀ ਅੱਜ ਕੱਲ੍ਹ ਫੇਸਬੁੱਕ 'ਤੇ ਇਹੀ ਮੰਤਰ ਚੱਲਦਾ ਯੂਟਿਊਬ 'ਤੇ ਵੀ ਤੁਸੀਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿਓ ਪੈਸੇ ਤਾਲਾ ਲਾ ਕੇ ਰੱਖ ਲਓ ਭਾਈ ਉਹ ਚੀਜ਼ ਸਿਰਫ ਕੀ ਹੈ ਜੀ ਤੁਹਾਨੂੰ ਥੜੇ ਚੜ੍ਹਾਉਣ ਲਈ ਹੈ ਜੋ ਸੱਦਣ ਵਾਸਤੇ ਸਿਰਫ ਸੱਦਣ ਵਾਸਤੇ ਇੱਕ ਤੁਹਾਨੂੰ ਕੈਚ ਕਰਨ ਵਾਲੀ ਗੱਲ ਹੈ ਵੀ ਸਾਰੇ ਪੈਸੇ ਬਾਅਦ 'ਚ ਦੇ ਦਿਓ ਬਈ ਦੇਖੋ ਜੀ ਜੇ ਕੋਈ ਬੰਦਾ ਹੁਣ ਬੰਦਾ ਇੱਕ ਬੱਚਾ ਬਾਹਰ ਜਾਂਦਾ ਇੱਕ ਬੱਚੇ 'ਤੇ ਘੱਟ ਤੋਂ ਘੱਟ ਕੋਈ ਵੀ ਕੰਟਰੀ ਲਾ ਲਈਏ ਆਪਾਂ 16-17 ਲੱਖ ਰੁਪਇਆ ਖਰਚਾ ਆ ਜਾਂਦਾ ਉੱਕਾ ਬੁੱਕਾ ਟਿਕਟਾਂ ਪਾ ਕੇ 20 ਲੱਖ ਰੁਪਇਆ ਖਰਚਾ ਆ ਜਾਂਦਾ ਕਿਹੜਾ ਬੰਦਾ ਤੁਸੀਂ ਅੱਜ ਦੀ ਦੱਸੋ ਵੀ ਹੁਣ ਅੰਬਾਨੀ ਦਾ ਇਹ ਚੀਜ਼ਾਂ ਦਾ ਕੰਮ ਕਰਦੇ ਨੀਗੇ ਜੀ ਇੰਨਾ ਕਰੋੜਪਤੀ ਬੰਦਾ ਕੌਣ ਹੋਊਗਾ ਵੀ ਜੇ ਉਹਨੇ 50 ਕੇਸ ਚੱਕੇ ਤਾਂ 50 ਬੱਚਿਆਂ ਦੇ 20-20 ਲੱਖ ਲਾ ਦੂਗਾ ਜੀ ਜਦੋਂ ਤੁਸੀਂ ਬਾਈ ਕਿਸੇ ਦੇ ਥੜੇ ਚੜ੍ਹ ਕੇ ਤੁਸੀਂ ਹੁਣ ਇੱਕੋ ਜਲੰਧਰ ਗਏ ਹਾਂ ਆਪਣੀ ਕੀ ਧਾਰਨਾ ਹੁੰਦੀ ਹੈ ਵੀ ਆਪਾਂ ਗਏ ਹਾਂ ਬੰਦਾ ਚੰਗਾ ਲੱਗਿਆ ਆਪਾਂ ਕਹਿੰਦੇ ਹਾਂ ਵੀ ਅਸੀਂ ਲੇਟ ਬਹੁਤ ਸਾਡਾ ਪ੍ਰੋਸੈਸ ਸਟਾਰਟ ਕਰੋ ਸਾਡਾ ਤਾਂ ਫਲਾਨਾ ਉੱਠ ਗਿਆ ਆਪਾਂ ਉੱਥੇ ਫੈਲ ਦੇ ਦਿੰਦੇ ਹਾਂ ਉੱਥੇ ਕੀ ਚੱਲਦਾ ਦੋ ਸਿਸਟਮ ਅਗਲਾ ਚੱਲਦਾ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਕੈਨੇਡਾ 'ਚ ਜਾਂਦੀ ਹੈ ਜਾਂ ਤਾਂ ਫੀਸ ਅਤੇ ਇੱਕ GIC ਦੋ ਚੀਜ਼ਾਂ ਜਾਂਦੀਆਂ ਕੈਨੇਡਾ 'ਚ ਤੁਹਾਨੂੰ ਕਹਿਣਗੇ ਵੀ ਤੁਸੀਂ ਫੀਸ ਤੁਹਾਡੀ ਅਸੀਂ ਭਰ ਦਾਂਗੇ GIC ਤੁਹਾਨੂੰ ਭਰਨਾ ਹੀ ਪੈਣਾ ਤਾਂ ਤੁਹਾਡੇ ਪੈਸੇ ਤੁਹਾਨੂੰ ਵਾਪਸ ਮਿਲ ਜਾਣੇ ਆ ਬਈ ਦੇਖੋ GIC ਭਰਨਾ ਪਊਗਾ ਜਦੋਂ ਆਪਾਂ ਇੱਥੋਂ ਅੱਜ ਕੱਲ੍ਹ ਪੈਸੇ ਅਰੇਂਜ ਕਰਦਾ ਬੰਦਾ 9 ਲੱਖ ਰੁਪਈਆ ਮੰਨ ਕੇ ਚੱਲੋ ਫੀਸ ਹੈ ਅਤੇ 6 ਲੱਖ GIC ਹੈ ਮੰਨ ਕੇ ਚੱਲਿਓ ਮੈਨੂੰ ਬਾਹਰ ਜਾ ਕੇ ਮੈਨੂੰ ਪੈਸੇ ਵਾਪਸ ਮਿਲ ਜਾਣੇ ਆ ਬਟ ਉਹ 15 ਲੱਖ ਤਾਂ ਅਰੇਂਜ ਕਰਨਾ ਹੀ ਪੈਣਾ ਜੀ ਜਿਹੜੇ ਇਹ ਮੰਤਰ ਜ਼ਿਆਦਾ ਚਲਾਉਂਦੇ ਆ ਵੀ ਪੈਸੇ ਬਾਅਦ 'ਚ ਉਹ ਇਹ ਚੀਜ਼ਾਂ ਕਹਿੰਦੇ ਆ ਵੀ GIC ਤੁਹਾਡਾ ਹੀ ਹੈ ਅਸੀਂ ਤੁਹਾਡੀ ਫੀਸ ਦਾ ਤੁਹਾਨੂੰ ਪੈਕੇਜ ਦੇ ਦਿੰਦੇ ਹਾਂ ਬਟ ਉਹ ਗੱਲ ਤਾਂ ਉਹੀ ਆ ਗਈ ਨਾ 9 ਲੱਖ ਰੁਪਈਆ ਤਾਂ ਆਪਾਂ ਭਰ ਰਹੇ ਹਾਂ ਅਤੇ 6 ਆਪਣਾ ਆਪਦਾ ਇੱਕ ਵਾਰੀ 15 ਦਾ ਹੱਲ ਆਪਾਂ ਨੂੰ ਕਰਨਾ ਹੀ ਪੈਣਾ ਸੋ ਉਹੀ ਹੈ ਵੀ ਜਿਹੜੇ ਬਾਹਲਾ ਕਹਿੰਦੇ ਆ ਵੀ ਆਫਟਰ ਵੀਜ਼ਾ ਜਾਂ ਤਾਂ ਅਗਲੇ ਨੂੰ ਕਹੋ ਵੀ ਹਾਂਜੀ ਅਸੀਂ 25 ਵੀ ਨਹੀਂ ਦੇਣੀ ਸਾਰੇ ਹੀ ਆਫਟਰ ਲਓ ਜੀ ਉਹ ਤਾਂ ਗਾਹ ਕਰ ਜੇ ਉਹ ਗੱਲ ਉਹੀ ਆ ਗਈ ਜੀ ਵੀ ਬਸ ਇਹ ਆ ਵੀ ਅਗਲੇ ਨੂੰ ਥੜੇ ਚੜ੍ਹਾ ਕੇ ਉਸ ਤੋਂ ਬਾਅਦ ਜਿਵੇਂ ਮਰਜ਼ੀ ਵੱਢੀ ਚੱਲੋ ਨਹੀਂ ਇੱਕ ਹੋਰ ਵੀ ਪੰਗਾ ਚਲੋ ਜੇ ਮੰਨ ਕੇ ਚਲੋ ਆਫਟਰ ਵੀਜ਼ਾ ਕਰ ਲਿਆ ਨਾ ਜੀ ਉਦੋਂ ਬਾਅਦ ਬਾਈ ਉਦੋਂ ਬਾਅਦ ਕੀ ਪਮਾਨਾ ਜੀ ਰੁਪਈਆ 15 ਲੱਖ ਲੱਗਿਆ ਹੁੰਦਾ ਉਹ ਮੰਗ ਲੈਂਦੇ 22 ਲੱਖ 25 ਲੱਖ ਬਿਲਕੁਲ ਇਹ ਚੀਜ਼ ਤੋਂ ਕਿਵੇਂ ਬਚੇ ਬੰਦਾ ਬਾਈ ਦੇਖੋ ਜੀ ਹੁਣ ਮੰਨ ਕੇ ਚੱਲੋ ਜਿਵੇਂ ਤੁਹਾਡਾ ਮੇਨਲੀ ਕੰਮ ਘੋੜਿਆਂ ਦਾ ਮੈਂ ਤੁਹਾਡੇ ਘੋੜਿਆਂ ਲਈ ਇੱਕ ਐਗਜ਼ਾਮਪਲ ਦਿੰਦਾ ਜੀ ਆਪਾਂ ਘੋੜਿਆਂ ਦੀ ਰੇਸਾਂ ਵੇਖਦੇ ਹਾਂ ਜੀ ਆਪਾਂ ਕਿਹੜੇ ਘੋੜੇ ਦੇ ਪੈਸੇ ਲਾਉਂਦੇ ਹਾਂ ਜਿਹੜਾ ਜਿੱਤਣ ਵਾਲਾ ਜੀ ਦੇਖੋ ਲੰਗੜੇ ਘੋੜੇ ਦੇ ਪੈਸੇ ਕੋਈ ਨਹੀਂ ਲਾਊਗਾ ਜੀ ਜਿਹੜਾ ਫੁੱਲ ਭਜਦਾ ਫੁੱਲ ਘੈਂਟ ਘੋੜਾ ਉਹਦੇ 'ਤੇ ਹੀ ਪੈਸੇ ਲੱਗਦੇ ਆ ਉਹੀ ਚੀਜ਼ ਇਸ ਲਾਈਨ ਦੇ ਵਿੱਚ ਹੈ ਵੀ ਜੇ ਮੰਨ ਕੇ ਚੱਲੋ ਤੁਹਾਡੇ 60% ਨੰਬਰ ਹੈ ਤੁਹਾਡੇ ਸਾਰਿਆਂ 'ਚੋਂ 6 ਬੈਂਡ ਹੈ ਤੁਸੀਂ 1 ਸਾਲ ਦੀ ਫੀਸ ਭਰ ਰਹੇ ਹੋ ਤੁਸੀਂ ਕੈਨੇਡਾ 'ਚ GIC ਭਰ ਰਹੇ ਹੋ
ਤੇ ਤੁਹਾਡਾ ਕੋਈ ਗੈਪ ਨਹੀਂ ਹੈਗਾ, ਤੁਹਾਡਾ ਵੈਸੇ ਹੀ ਵੀਜ਼ਾ ਨਿਕਲਦਾ ਬਾਈ। ਤੁਸੀਂ ਜਿੱਥੇ ਤੁਹਾਡਾ 15 ਲੱਖ ਲਾ ਕੇ ਬਣਦਾ, ਤੁਸੀਂ ਕਿਉਂ ਬਾਈ ਦਿੰਦੇ ਹੋ ਕਿਸੇ ਨੂੰ? ਹੁਣ ਇਸ ਚੀਜ਼ ਦਾ ਮੈਂ ਤੁਹਾਨੂੰ ਉਦਾਹਰਣ ਦੇ ਸਕਦਾ, ਮੇਰਾ ਪਿੰਡ ਕੰਮਿਆਣਾ ਜੀ, ਮੈਂ ਆਪਦੇ ਪਿੰਡ ਤੋਂ ਅਣਗਿਣਤ ਵੀਜ਼ੇ ਲਵਾ ਚੁੱਕੇ ਹਾਂ ਆਪਦੇ ਪਿੰਡ ਦੇ, ਮੇਰੇ ਪਿੰਡ ਦੇ, ਮੇਰਾ ਪਿੰਡ ਕੰਮਿਆਣਾ ਜੀ, ਤੇ ਆ ਬਾਹਰ ਫੋਟੋਆਂ ਨਾਲ ਸਾਰਾ ਭਰਿਆ ਪਿਆ ਜੀ। ਮੇਰੇ ਪਿੰਡ ਦੇ ਲੋਕ ਇਹ ਬਖੂਬੀ ਜਾਣਦੇ ਆ ਵੀ ਜਿਹੜੇ ਲੋਕ ਗਾਂ 20-20 ਲੱਖ ਮੰਗਦੇ ਆ, ਇਹ ਬੰਦਾ ਸਾਡਾ ਕੰਮ 20 ਲੱਖ 'ਚ ਕਰਾ ਕੇ ਦੇਊਗਾ। ਮੈਂ ਅਗਲੇ ਨੂੰ ਸਿੱਧਾ ਕਹਿ ਦੇਣਾ, ਦੇਖੋ ਤੁਹਾਡੀ ਪ੍ਰੋਫਾਈਲ ਐਲੀਜੀਬਲ ਹੈ ਜੀ, ਤੁਹਾਡੇ ਪਰਸੈਂਟੇਜ ਪੂਰੀ ਹੈ। ਮੰਨ ਕੇ ਚਲੋ ਕਿਸੇ ਬੱਚੇ ਦੇ ਜੀ 90% ਨੰਬਰ ਹੈ, 2021 'ਚ ਉਹ ਪਾਸ ਹੋਇਆ, 7 ਉਹਦੇ ਬੈਂਡ ਹੈ, ਉਹਨੂੰ ਪੈਕੇਜ ਲੈਣ 'ਚ ਫਾਇਦਾ ਹੈ, ਤੁਸੀਂ ਦੱਸੋ? ਉਹ ਤਾਂ ਵੀਜ਼ਾ ਲੱਗਿਆ ਹੀ ਪਿਆ, ਉਹ ਤਾਂ ਲੱਗਿਆ ਹੀ ਪਿਆ। ਉਸੇ ਬੰਦਿਆਂ ਨੇ ਬਸ ਕੀ ਆ ਵੀ ਇਹ ਇੱਕ ਦਿਮਾਗ 'ਚ ਵੜ ਗਿਆ ਵੀ ਬਾਅਦ 'ਚ ਪੈਸੇ, ਬਾਅਦ 'ਚ ਪੈਸੇ। ਅਗਲਾ ਵੀ ਇਹੀ ਕਹਿੰਦਾ, ਹਾਂ ਯਾਰ ਬਾਅਦ 'ਚ ਪਤਾ ਨਹੀਂ ਕੀ ਹੋ ਜਾਊਗਾ, ਪਹਿਲਾਂ ਸਾਡੇ ਪੈਸੇ ਨਾ ਡੁੱਬ ਜਾਣ। ਪਰ ਜੇ ਤੁਹਾਡੀ ਫਾਈਲ ਐਲੀਜੀਬਲ ਆ ਤਾਂ ਹੀ ਤੁਹਾਡੇ 'ਤੇ ਕੋਈ ਪੈਸੇ ਲਾ ਰਿਹਾ, ਐਵੇਂ ਲੱਖਾਂ ਰੁਪਏ ਪੈਸੇ ਨਾ ਬਰਬਾਦ ਕਰੋ। ਅੱਜ ਕੱਲ੍ਹ ਬਹੁਤ ਮਤਲਬ ਲੋਕ ਬਹੁਤ ਜਾਗ ਚੁੱਕੇ ਆ ਜੀ। ਪਹਿਲਾਂ ਹੁੰਦਾ ਸੀ ਬਹੁਤ ਘੱਟ ਇਮੀਗ੍ਰੇਸ਼ਨ ਵਾਲੇ ਹੁੰਦੇ ਸੀ, ਅੱਜ ਕੱਲ੍ਹ ਤਾਂ ਮੈਨੂੰ ਨਹੀਂ ਲੱਗਦਾ ਗਾ ਵੀ ਜੇ ਤੁਸੀਂ ਥੋੜ੍ਹਾ ਬਹੁਤ ਅਵੇਅਰ ਹੁੰਦਾ ਤੁਹਾਨੂੰ ਕੋਈ ਠੱਗ ਸਕਦਾ। ਬਾਕੀ ਇੱਕ ਗੱਲ ਥੋੜ੍ਹੀ ਜਿਹੀ ਐਵੇਂ ਤਾਂ ਹੈ ਹੋ ਜਾਂਦੀ ਹੈ ਵੀਰੇ, ਇੱਕ ਤੁਹਾਨੂੰ ਗੱਲ ਮੰਨਣੀ ਪਊ, ਪਿੰਡਾਂ ਦੀ ਇੱਕ ਹੋਰ ਪ੍ਰੋਬਲਮ ਆ ਜੀ ਜਿਹੜੀ ਹੈਗੀ ਆ, ਸ਼ਾਇਦ ਕਈ ਏਜੰਟ ਜ਼ਿਆਦਾ ਜਾਣਦੇ ਆ ਜੀ, ਉਹ ਇਹ ਆ ਕਿ ਜਿੱਦੇ ਬੈਂਡ ਆ ਗਏ ਨਾ ਜੀ, ਉਦੇ ਉਹਨਾਂ ਨੂੰ ਕੋਈ ਪੈਸੇ ਨਹੀਂ ਦਿੰਦਾ, ਸਪੌਂਸਰ ਨਹੀਂ ਕਰਦਾ। ਹਾਂ, ਜਿੱਦੇ ਵੀਜ਼ਾ ਆ ਜਾਂਦਾ ਨਾ, ਹਾਂ, ਉਹਦੇ ਸਾਰੇ ਰਿਸ਼ਤੇਦਾਰ ਸਪੌਂਸਰ ਕਰਦੇ ਕਰਦੇ ਬਿਲਕੁਲ ਠੀਕ ਆ ਨਾ। ਆਹ ਚੱਕਰ ਦੇ ਵਿੱਚ ਕਿਸੇ ਬੰਦੇ ਦੀ ਮਜਬੂਰੀ ਵੀ ਬਣ ਜਾਂਦੀ ਹੈ, ਅਗਲਾ ਦਾ ਕੇਰਾ ਲਵਾਓ ਲਵਾਓ। ਜੇ 15 ਲੱਖ ਰੁਪਈਆ ਕੋਈ ਗੱਲ ਨਹੀਂ ਅੱਜ ਲੱਗਦਾ, ਤੇ ਜਿੱਦੇ ਬਈ ਕੈਨੇਡਾ ਦਾ ਵੀਜ਼ਾ ਲੱਗ ਗਿਆ ਉਹਦੇ 20 ਵੀ ਦੇਣਾ ਪੈ ਜੂ, ਤਾਂ ਦੇ ਦੇ ਲੋਕ ਇਸ ਚੀਜ਼ ਨਾਲ ਸਮਝੌਤਾ ਕਰ ਦਿੰਦੇ ਕਰ ਜਾਂਦੇ ਇਹ ਚੀਜ਼। ਹਾਂਜੀ ਹੈਗੀ ਹੈ ਜੀ, ਬਟ ਦੇਖੋ ਕਰ ਜਾਂਦੇ ਆ, ਬਟ ਆਪਣਾ ਮੇਨ ਮੁੱਦਾ ਇਹੀ ਹੈ ਵੀ ਤੁਸੀਂ ਸਹੀ ਬੰਦਾ ਕਿਵੇਂ ਚੁਣਨਾ। ਹੁਣ ਮੈਂ ਆਪਦੀ ਇੰਟਰਵਿਊ 'ਚ ਬਾਈ ਦੇਖੋ ਕਹਿਤਾ ਮੇਰਾ ਪਿੰਡ ਕੰਮਿਆਣਾ ਜੀ। ਅੱਜ ਕੱਲ੍ਹ ਤੁਸੀਂ ਮੰਨ ਕੇ ਚੱਲੋ ਤੁਸੀਂ ਜਲੰਧਰ, ਬਠਿੰਡੇ, ਚੰਡੀਗੜ੍ਹ ਕਿਸੇ ਦੇ ਘੜੇ ਚੜ੍ਹ ਜਾਓ, ਉਹ ਤੁਹਾਨੂੰ ਹੋ ਸਕਦਾ ਪਹਿਲੇ ਦਿਨ ਮਿਲੇ, ਉਸ ਤੋਂ ਬਾਅਦ ਤੁਹਾਨੂੰ ਮਿਲਦਾ ਹੀ ਨਹੀਂ। ਫਿਰ ਤੁਸੀਂ ਜੇ ਤੁਹਾਡੇ ਨਾਲ ਕੋਈ ਠੱਗੀ ਵੱਜ ਵੀ ਗਈ, ਤੁਸੀਂ ਨਿੱਤ ਚੰਡੀਗੜ੍ਹ ਲੜਨ ਜਾ ਹੀ ਨਹੀਂ ਸਕਦੇ ਜੀ। ਆਪਾਂ ਕਹਿੰਦੇ ਹਾਂ ਜੇ ਯਾਰ ਅਗਲੇ ਨੇ 50 ਐਡਵਾਂਸ ਲਿਆ, ਆਪਾਂ ਨੂੰ ਉਹਨੇ 20-30 ਮੋੜਤਾ ਜਾਂ 20-20 ਨਹੀਂ ਮੋੜਦੇ, ਆਪਾਂ ਕਹਿੰਦੇ ਯਾਰ 50,000 ਹੀ ਠੀਕ ਹੈ, ਆਪਾਂ ਸਬਰ ਦਾ ਘੁੱਟ ਭਰ ਕੇ ਬੰਦਾ ਵਾਪਸ ਮੁੜ ਜਾਂਦਾ। ਬਟ 50,000 ਰੁਪਇਆ ਵੀ ਛੋਟੀ ਚੀਜ਼ ਨਹੀਂ, ਛੋਟੀ ਚੀਜ਼ ਨਹੀਂ ਹੁੰਦੀ, ਇੱਕ ਆਮ ਬੰਦੇ ਲਈ ਬਹੁਤ ਵੱਡੀ ਚੀਜ਼ ਹੁੰਦੀ ਹੈ। ਹੁਣ ਦੇਖੋ ਅਸੀਂ ਇੱਥੇ, ਆਪਾਂ ਫਰੀਦਕੋਟ ਸ਼ਹਿਰ ਹੈ, ਛੋਟਾ ਜਿਹਾ ਸ਼ਹਿਰ ਹੈ, ਚਲੋ ਜ਼ਿਆਦਾ ਹੈ, ਇੱਥੇ ਦੇਖੋ ਸਾਡੇ ਕੋਲ ਬੰਦੇ ਆਉਂਦੇ, ਮੇਰਾ ਨਾਲ ਪਿੰਡ ਹੈ, ਪਹਿਲੀ ਗੱਲ ਕੋਈ ਇਹੋ ਜਿਹਾ ਨਹੀਂ ਹੋਊਗਾ ਮੈਨੂੰ ਲੱਗਦਾ ਵੀ ਜੇ ਆਪਾਂ 50 ਕਿਲੋਮੀਟਰ ਦੇ ਜਾਂ 100 ਦੇ ਏਰੀਏ 'ਚ ਕਿਸੇ ਬੰਦੇ ਬਾਰੇ ਪਤਾ ਨਾ ਕਰ ਸਕੀਏ। ਹੁਣ ਮੈਂ ਬੈਠਾ, ਮੈਂ ਇਸ ਚੀਜ਼ ਦਾ ਦਾਅਵਾ ਕਰਦਾ ਵੀ ਮੇਰੇ ਪਿੰਡ ਦੇ ਵਿੱਚ ਜਿਹਨੂੰ ਮਰਜ਼ੀ ਪੁੱਛ ਲਓ ਜੀ, ਤੁਹਾਡੇ ਪਿੰਡ ਦਾ ਬੰਦਾ ਕੰਮ ਕਰਦਾ ਵੀ ਅੱਜ ਤੱਕ ਇਹਨੇ ਕੋਈ ਠੱਗੀ ਸੁਣੀ ਹੈ, ਪਰ ਰੱਬ ਤੋਂ ਡਰ ਕੇ ਕਹਿੰਦੇ ਹਾਂ ਵੀ ਮੈਂ। ਹਾਂ, ਇਹ ਚੀਜ਼ ਜ਼ਰੂਰ ਹੋ ਸਕਦੀ ਹੈ ਬਾਈ, ਦੇਖੋ ਵੀਜ਼ੇ ਰਿਫਿਊਜ਼ ਸਾਰਿਆਂ ਦੇ ਹੁੰਦੇ ਆ, ਕੋਈ ਰੱਬ ਨਹੀਂ ਬੈਠਾ ਗਾ, ਕਿਸੇ ਨੇ ਘਰੋਂ ਨਹੀਂ ਲਾ ਕੇ ਦੇਣਾ, ਵੀਜ਼ਾ ਆਫਿਸਰ ਨੇ ਵੀਜ਼ਾ ਲਾ ਕੇ ਦੇਣਾ ਹੁੰਦਾ। ਆਪਾਂ ਇਸ ਚੀਜ਼ ਦਾ ਤੁਹਾਡੇ ਪੇਜ 'ਤੇ ਚੈਨਲ ਮਤਲਬ ਚੈਲੰਜ ਕਰਦਾ ਮੈਂ ਵੀ ਮੇਰੇ ਵੀਜ਼ੇ ਰਿਫਿਊਜ਼ ਜ਼ਰੂਰ ਹੋਏ ਹੋ ਸਕਦੇ ਆ ਜੀ, ਪਰ ਆਪਾਂ ਨੂੰ ਕੋਈ ਬੰਦਾ ਉਂਗਲ ਖੜੀ ਕਰਕੇ ਇਹ 'ਚ ਨਹੀਂ ਕਹਿ ਸਕਦਾ ਵੀ ਇਹਨੇ ਸਾਡੇ ਪੈਸੇ ਖਾਧੇ ਆ ਜੀ, ਤੇ ਜਾਂ ਇਹਨੇ ਪੈਸਿਆਂ ਦੇ ਲਾਲਚ ਲਈ ਸਾਡੀ ਫਾਈਲ ਚੱਕੀ ਹੈ ਜੀ। ਹਾਂ, ਆਪਾਂ ਇਸ ਚੀਜ਼ ਦਾ ਹੀ, ਹਾਂਜੀ 4 ਸਾਲ ਹੋ ਗਏ ਮੈਨੂੰ, ਇਸ ਤੋਂ ਪਹਿਲਾਂ ਮੈਂ ਜੌਬ ਕਰਦਾ ਰਿਹਾ ਜੀ। ਆਪਾਂ ਫੇਸ ਵੈਲਿਊ ਬਣਾਈ ਸਿਰਫ ਇਮਾਨਦਾਰੀ ਦੇ ਸਿਰ ਤੇ ਜੀ, ਕਿਸੇ ਦਾ 1 ਰੁਪਿਆ ਵੀ ਆਪਾਂ ਅੱਜ ਤੱਕ ਨਹੀਂ ਹੋਊਗਾ ਵੀ ਮੈਂ ਖਾਧਾ। ਹਾਂ, ਉਲਟਾ ਮੇਰੇ ਤੋਂ ਵੀਜ਼ਾ ਲਵਾ ਕੇ ਲੋਕ ਲੈ ਕੇ ਚੜ੍ਹ ਕੇ ਮੈਂ ਲੈਣੇ ਹੋਣਗੇ ਜੀ, ਪਰ ਆਪਾਂ ਨੂੰ ਕੋਈ ਉਂਗਲ ਖੜੀ ਕਰਕੇ ਨਹੀਂ ਕਹਿ ਸਕਦਾ ਵੀ ਇਹ ਬੰਦੇ ਨੇ ਧੋਖੇ ਲਈ ਸਾਡੇ ਤੋਂ ਪੈਸੇ ਲਏ ਆ। ਇੱਕ ਵੀਰੇ ਗੱਲ ਇਹ ਦੱਸੋ ਵੀ ਹੁਣ ਸਖਾਲਾ ਕਿੱਥੋਂ ਦਾ ਵੀਜ਼ਾ ਲੱਗਦਾ, ਸਭ ਤੋਂ ਸਖਾਲਾ ਸੌਖਾ ਜਾਣਾ ਕਿੱਥੇ ਆ? ਸਭ ਤੋਂ ਦੇਖੋ ਜੀ, ਜ਼ਿਆਦਾਤਰ ਦੌੜ ਜਿਵੇਂ ਮੰਨ ਕੇ ਚਲੋ ਜੇ ਆਪਾਂ ਆਪਦਾ ਫਿਊਚਰ ਸੈੱਟ ਕਰਨਾ ਜੀ, ਤੁਸੀਂ 6 ਬੈਂਡ ਲਓ ਆਪਦੇ ਜੀ, ਤੁਹਾਡਾ ਗੈਪ ਹੈ, ਪਲੱਸ ਟੂ ਤੋਂ ਬਾਅਦ 4-5 ਸਾਲ ਦਾ ਗੈਪ ਚੱਲਦਾ, ਗ੍ਰੈਜੂਏਸ਼ਨ ਤੋਂ ਬਾਅਦ ਤਾਂ 10 ਸਾਲ ਦਾ ਵੀ ਚੱਲ ਜਾਊਗਾ ਜੀ। ਤੁਸੀਂ 6 ਬੈਂਡ ਲਓ, ਸਭ ਤੋਂ ਜ਼ਿਆਦਾ ਸਕਸੈਸ ਰੇਟ ਅਤੇ ਸਭ ਤੋਂ ਵੱਧ ਵੀਜ਼ੇ ਕੈਨੇਡਾ ਦੇ ਆ ਰਹੇ ਆ, ਨਾਲੇ ਮੁਲਕ ਵਧੀਆ, ਮੁਲਕ ਵਧੀਆ ਜੀ, PR ਵੀ ਉੱਥੇ ਸੌਖੀ ਹੈ। ਇਸ ਤੋਂ ਇਲਾਵਾ ਬਾਕੀ ਕੰਟਰੀਆਂ ਤੁਸੀਂ ਦੇਖ ਲਿਓ ਵੀ ਆਪਾਂ ਆਮ ਹੀ ਸੁਣਿਆ ਹੋਣਾ ਵੀ ਯਾਰ ਫਲਾਣੇ ਨੂੰ 10 ਸਾਲ ਹੋ ਗਏ ਆਸਟ੍ਰੇਲੀਆ ਗਏ ਮੁੜਿਆ ਨਹੀਂ, ਫਲਾਣੇ ਨੂੰ ਇੰਗਲੈਂਡ ਗਏ 13 ਸਾਲ ਹੋ ਗਏ ਮੁੜਿਆ ਨਹੀਂ ਜੀ। ਸਭ ਤੋਂ ਸੌਖਾ ਅਤੇ ਸਭ ਤੋਂ ਵਧੀਆ ਮੁਲਕ ਮੇਰੇ ਹਿਸਾਬ ਨਾਲ ਕੈਨੇਡਾ ਜੀ। ਹਾਂ, ਤੁਸੀਂ ਸਭ ਤੋਂ ਸੌਖਾ ਹੀ ਵੀਜ਼ਾ ਲੱਗਦਾ, ਸਭ ਤੋਂ ਸੌਖਾ ਹੀ ਵੀਜ਼ਾ ਲੱਗਦਾ। ਤੁਸੀਂ ਫੇਸਬੁੱਕ ਖੋਲ ਲਿਓ ਬਾਈ, ਕੈਨੇਡਾ 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 ਹੀ ਹੋਈ ਪਈ ਹੁੰਦੀ ਆ।
ਬਹੁਤ ਵੀਜ਼ੇ ਆਉਂਦੇ ਆ ਕੈਨੇਡਾ ਦੇ, ਬਹੁਤ ਵਧੀਆ ਸਕਸੈਸ ਰੇਟ ਚੱਲ ਰਿਹਾ। ਹਾਂ, ਤੁਹਾਡਾ ਏਜੰਟ ਨੌਲੇਜ ਵਾਲਾ ਹੋਣਾ ਚਾਹੀਦਾ, ਜੇ ਉਹਨੇ ਤੁਹਾਡੀ ਪੜ੍ਹਾਈ ਦੇ ਰਿਲੇਟਡ ਹੀ ਤੁਹਾਡਾ ਅੱਗੇ ਕੋਰਸ ਲੈ ਤਾ, ਤੁਹਾਡੇ 6 ਬੈਂਡ ਆ ਬਾਈ, ਤੁਹਾਡਾ ਵੀਜ਼ਾ ਰੁਕਦਾ ਹੀ ਨਹੀਂ ਕੈਨੇਡਾ ਦਾ। ਜੀ ਇੱਕ ਹੋਰ ਸਲਾਹ, ਅੱਜ ਦੀ ਡੇਟ 'ਚ 1:30 'ਤੇ ਨਾ ਫਾਈਲ ਲਾਓ। ਜੇ ਤੁਹਾਡੀ PTE ਹੈ, PTE 'ਤੇ ਵੀ 50-50 ਵੀਜ਼ਾ ਸੀ ਆ ਰਹੇ ਆ, 100% ਵੀਜ਼ਾ ਆ ਰਿਹਾ ਅੱਜ ਦੀ ਡੇਟ 'ਚ, ਜਿਹੜੇ ਕੀ ਆ 6 ਬੈਂਡ 'ਤੇ। ਜੇ ਕਿਸੇ ਦੀ BA ਵਗੈਰਾ ਕੀਤੀ ਹੈ 6.5 ਬੈਂਡ, ਜੇ ਮਾਸਟਰਸ ਕੀਤੀ ਹੈ ਤਾਂ 7 ਬੈਂਡ 'ਤੇ ਹੀ ਵੀਜ਼ਾ 100% ਆ ਰਿਹਾ। ਤੁਹਾਡਾ ਕੰਸਲਟੈਂਟ ਨੌਲੇਜ ਵਾਲਾ ਅਤੇ ਤੁਹਾਨੂੰ ਸਹੀ ਕੋਰਸ ਲੈ ਕੇ ਦੇਵੇ, ਤੁਹਾਡਾ ਵੀਜ਼ਾ ਰਿਫਿਊਜ਼ ਹੀ ਨਹੀਂ ਹੋਣਾ, ਗਰੰਟੀ ਆ। ਹਾਂ, ਪਹਿਲਾਂ ਅਤੇ ਵੀਰੇ ਇੱਕ ਤਾਂ ਹੋ ਗਿਆ ਸਟੱਡੀ ਵੀਜ਼ਾ ਜੀ, ਹੋਰ ਕਿਹੜੇ ਵਰਕ ਪਰਮਿਟ 'ਤੇ ਕੰਮ ਕਰਦੇ ਹਾਂ, PR 'ਤੇ ਕੰਮ ਕਰਦੇ ਤੁਸੀਂ? ਅਸੀਂ ਜੀ ਵਰਕ ਪਰਮਿਟ ਫਿਲਹਾਲ ਨਹੀਂ ਕਰ ਰਹੇ, ਅਸੀਂ PR 'ਤੇ ਕੰਮ ਕਰ ਰਹੇ ਹਾਂ। ਵਿਜ਼ਟਰ ਵੀਜ਼ੇ ਅਸੀਂ ਲਵਾਉਂਦੇ ਹਾਂ, ਜਿਵੇਂ ਮਾਂ ਪਿਓ ਦੇ ਵੀਜ਼ਾ ਹੋ ਗਏ, ਬੱਚਾ ਚਲਿਆ ਗਿਆ, ਮਾਂ ਪਿਓ ਦਾ ਲਵਾਉਂਦੇ ਹਾਂ, ਜਾਂ ਜਿਵੇਂ ਕੋਈ ਕੁੜੀ ਜਾਂ ਮੁੰਡਾ ਇੱਥੋਂ ਵਿਆਹ ਕਰਾ ਕੇ ਗਿਆ, ਉਹਨਾਂ ਦੇ ਸਪਾਊਸ ਵੀਜ਼ੇ। ਅਸੀਂ 4 ਮਤਲਬ ਕੰਮ ਕਰਦੇ ਹਾਂ, ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਸਪਾਊਸ ਵੀਜ਼ਾ ਅਤੇ PR, 4 ਕੈਟਾਗਰੀਜ਼ 'ਚ ਅਸੀਂ ਕੈਨੇਡਾ 'ਚ ਡੀਲ ਕਰਦੇ ਹਾਂ। ਠੀਕ ਹੈ ਜੀ। ਅਤੇ ਜੇ ਕਿਸੇ ਜਵਾਕ ਨੇ IELTS ਕਰਨਾ ਹੋਵੇ ਉਹ ਜੀ, IELTS ਵੀ ਸਾਡੇ ਕੋਲ ਕਲਾਸਿਸ ਹੈਗੀਆਂ, ਉਹਦੇ ਵਿੱਚ ਸਾਡੇ ਕੋਲ 3 ਦਿਨ ਬੱਚਾ ਡੈਮੋ ਲਾ ਸਕਦਾ ਜੀ, 3 ਦਿਨ ਅਸੀਂ ਉਹ ਤੋਂ ਕੋਈ ਫੀਸ ਨਹੀਂ ਮੰਗਾਂਗੇ। 3 ਦਿਨ ਸਾਡੇ ਕੋਲ ਕਲਾਸ ਲਾਵੇ, ਉਹਨੂੰ ਲੱਗਦਾ ਵੀ ਹਾਂਜੀ ਇਹ ਬੰਦੇ ਪੜ੍ਹਾਉਣ ਵਾਲੇ ਹੈਗੇ, ਇਹਨਾਂ ਨੂੰ ਨੌਲੇਜ ਹੈਗੀ, ਮੇਰੇ ਇੱਥੋਂ ਬੈਂਡ ਆ ਜਾਣਗੇ, ਉਹ ਸਾਡੇ ਕੋਲ ਫੀਸ ਭਰ ਕੇ ਕਲਾਸਾਂ ਲਾ ਲਏ। ਉਹ ਤੁਸੀਂ ਕਰਦੇ ਜਾਂ ਇੱਥੇ? ਉਹ ਮੇਰੇ ਪਾਰਟਨਰ ਨੇ IELTS ਦੇ ਵਿੱਚ, ਉਹ ਦੇਖਦੇ ਆ ਸਾਰਾ, ਬਾਕੀ ਸਾਡਾ IELTS ਵਾਲਾ ਸਟਾਫ ਹੈਗਾ। ਮੈਂ ਮੇਨਲੀ ਵੀਜ਼ਾਸ ਦੇਖਦਾ, ਆਫਿਸ ਹੈਂਡਲ ਕਰਦਾ, ਮਤਲਬ ਮੈਨੇਜ ਮੈਂ ਕਰਦਾ। ਅਤੇ ਫਿਰ ਵੀਰੇ ਅਸੀਂ ਵੀ ਆਏ ਹਾਂ ਤੁਹਾਡੇ ਕੋਲ, ਹਾਂਜੀ, ਅਤੇ ਵੇਖਣ ਵਾਲੇ ਵੀ ਆਉਣਗੇ ਜੀ, ਅਤੇ ਸਾਡੇ ਵੇਖਣ ਵਾਲਿਆਂ ਵਾਸਤੇ ਤੁਹਾਡੇ ਵੱਲੋਂ ਕੋਈ ਹੈ ਔਫਰ ਜੀ, ਤੁਸੀਂ ਦੇ ਸਕਦੇ ਹੋ ਕੁਛ? ਬਿਲਕੁਲ ਬਿਲਕੁਲ ਜੀ ਜੀ ਜੀ, ਐਂ ਨੂੰ ਹੈ, ਜਿਹੜਾ ਵੀ ਤੁਹਾਡਾ ਆਪਣਾ ਸ਼ੌਂਕੀ ਸਰਦਾਰ ਦਾ ਲਵਰ ਜਾਂ ਸ਼ੌਂਕੀ ਸਰਦਾਰ ਦਾ ਨਾਮ ਲੈ ਕੇ ਸਾਡੇ ਆਫਿਸ 'ਚ ਆਊਗਾ, ਜੇ ਚਾਹੇ ਉਹਨੇ IELTS ਕਰਨਾ ਹੋਵੇ, ਚਾਹੇ ਉਹਨੇ ਫਾਈਲ ਲਵਾਉਣੀ ਹੋਵੇ, ਚਾਹੇ ਉਹਨੇ ਸਲਾਹ ਵੀ ਲੈਣੀ ਹੋਵੇ, ਸਲਾਹ ਦੇ ਅਸੀਂ ਕੋਈ ਪੈਸੇ ਨਹੀਂ ਲੈਂਦੇ ਗੇ। ਜੇ ਕਿਸੇ ਨੇ IELTS ਕਰਨਾ, ਤੁਹਾਡਾ ਨਾਮ ਲਊਗਾ, ਅਸੀਂ ਉਹਨੂੰ ਵੀ ਇਹੋ ਜਿਹੀ ਆਫਰ ਦੇਵਾਂਗੇ, ਬੰਦਾ ਤੁਹਾਨੂੰ ਕਮੈਂਟ ਜ਼ਰੀਏ ਦੱਸੇ, ਜਿੱਦਾਂ ਦੱਸੇ ਵੀ ਅਗਲਾ ਕਹੂਗਾ ਵੀ ਹਾਂਜੀ ਮੇਰਾ ਮਾਨ ਤਾਨ ਹੋਇਆ। ਧੰਨਵਾਦ ਬਾਈ। ਹਾਂ ਜੀ, ਬਹੁਤ ਬਹੁਤ ਧੰਨਵਾਦ। ਮਾੜਾ ਜਿਹਾ IELTS ਵਾਲੇ ਪਾਸੇ ਗੇੜਾ ਮਾਰੇ। ਹਾਂਜੀ ਜ਼ਰੂਰ ਜੀ। ਮੁੰਡਿਆਂ ਨੇ ਬਹੁਤ ਚੰਗਾ ਪ੍ਰਬੰਧ ਕੀਤਾ ਸੱਜਣੋਂ IELTS ਕਰਾਉਣ ਦਾ, ਬੱਚਿਆਂ ਲਈ ਪ੍ਰਾਪਰ ਟੀਚਰ ਹੈਗੇ ਆ ਵਧੀਆ, ਅਤੇ ਸੋਹਣਾ ਪ੍ਰਬੰਧ ਵੀ ਹੈਗਾ ਬੱਚਿਆਂ ਦੇ ਬੈਠਣ ਦਾ, ਆਪਸ ਵਿੱਚ ਅੰਗਰੇਜ਼ੀ 'ਚ ਗੱਲਬਾਤ ਕਰਨ ਦਾ, ਸਿੱਖਣ ਦਾ, ਪੁੱਛਣ ਦਾ, ਦੱਸਣ ਦਾ, ਅਤੇ ਚੰਗੇ ਕੁਆਲੀਫਾਈਡ ਟੀਚਰ ਵੀ ਹੈਗੇ ਆ, ਅਤੇ ਸਭ ਤੋਂ ਵਧੀਆ ਗੱਲ ਇਹ ਵੀ ਹੈਗੀ ਆ ਕਿ ਰਿਜ਼ਲਟ ਚੰਗੇ ਆ ਰਹੇ ਆ, ਬਹੁਤ ਸੋਹਣੇ ਰਿਜ਼ਲਟ ਵੀ ਆ ਰਹੇ ਆ, ਅਤੇ ਬੀਜਿਆਂ ਵਾਲੇ ਮਸਲੇ ਦੇ ਵਿੱਚ ਮੁੰਡਿਆਂ ਦੇ ਬੀਜਿਆਂ ਦੀ ਐਵਰੇਜ ਵੀ ਚੰਗੀ ਆ। ਜੇ ਤੁਸੀਂ ਜਾਓਗੇ ਸ਼ੌਂਕੀ ਸਰਦਾਰ ਚੈਨਲ ਦਾ ਨਾਂ ਲਓਗੇ ਤਾਂ ਤੁਹਾਡੇ ਲਈ ਔਫਰ ਵੀ ਹੋਊਗੀ। ਅਤੇ ਐਡਰੈੱਸ ਸੁਣ ਲਓ, ਜਿਹੜਾ ਫਰੀਦਕੋਟ ਤੋਂ ਕੋਟਕਪੂਰਾ ਰੋਡ ਆ ਉਹਦੇ ਉੱਪਰ ਆ, ਕਿਸਾਨ ਬੈਂਕ ਦੇ ਬਿਲਕੁਲ ਨਾਲ ਆ, ਬੋਰਡ ਜਿਹੜੇ ਤੁਹਾਨੂੰ ਦਿਖਾਈ ਦੇ ਰਿਹਾ ਇਹ ਆ, ਅਤੇ ਕੰਟੈਕਟ ਨੰਬਰ ਤੁਹਾਡੀ ਸਕਰੀਨ 'ਤੇ ਆ। ਜਿਉਂਦੇ ਵਸਦੇ ਰਹੋ।